ਸਰਕਾਰੀ ਮਹਿਸਮ ਤੰਬਾਲ ਸਰਕਾਰੀ ਮਹਿਸਮ ਤੰਬਾਲ ਉਹਨਾਂ ਦਾ ਕੰਮ ਸੀ ਆਪਣੇ ਸਾਈ ਪਾਕ ਦਾ ਜ਼ਿਕਰ ਕਰਦੇ ਰਹਿਣਾ। ਆਕਮ ਵਕਤ ਨੇ ਆਖਿਆ ਮਹਿਸਮ ਇਸ ਜ਼ਿਕਰ ਤੋਂ ਬਾਅਦ ਆ ਗਿਆ, ਉਹਨਾਂ ਆਖਿਆ ਮੈਂ ਨਹੀਂ ਬਾਅਦ ਆਉਣਾ। ਆਕਮ ਨੇ ਆਖਿਆ ਅਗਰ ਤੂੰ ਬਾਅਦ ਨਾ ਆਇਆ ਜ਼ਬਾਨ ਤੇਰੀ ਨੂੰ ਮੈਂ ਕੱਟ ਦੇਣੇ। ਉਹਨਾਂ ਆਖਿਆ ਕੱਟਦੇ, ਮੈਂ ਆਪਣੇ ਮੁਰਸ਼ਦ ਦੇ ਨਾਲ ਲੈਣਾ, ਉਹਦੀ ਮੇਰਾ ਫਿਕਰਾ ਸੁਣ ਕੇ ਜਾਣਾ ਜਨਾਬ। ਉਹ ਜਾਣੇ ਵਾਲੇ ਆ ਮੇਰਾ ਫਿਕਰਾ ਸੁਣਦੇ ਨੇ ਜਿਵੇਂ ਹਜ਼ਰਤ ਮਹਿਸਮ ਤੰਬਾਲ ਨੇ ਆਖਿਆ ਜ਼ਬਾਨ ਭਾਵੇਂ ਕੱਢਦੇ ਮੈਂ ਆਪਣੇ ਮੁਰਸ਼ਦ ਦੇ ਨਾਲ ਲੈਣਾ। ਉਸ ਆਖਿਆ ਪਹਿਲਾਂ ਤੈਨੂੰ ਜ਼ਬਾਨ ਕੱਢਾਂਗਾ ਫਿਰ ਤੈਨੂੰ ਸੂਲੀ ਵੀ ਚਾੜਨਾ। ਹਜ਼ਰਤ ਮਹਿਸਮ ਤੰਬਾਲ ਉਹਦੇ ਨੇ ਜਲਦੀ ਜਲਦੀ ਕਰ ਮੈਨੂੰ ਸੂਲੀ ਚਾੜ, ਕਿਉਂਕਿ ਮੇਰੇ ਪੀਰ ਦਾ ਫਰਮਾਨ ਹੈ ਮਹਿਸਮ ਤੈਨੂੰ ਸਾਡੇ ਪਿਆਰ ਵਿੱਚ ਸੂਲੀ ਵੀ ਮਿਲਣੀ ਹੈ। ਉਹਨਾਂ ਪਹਿਲਾਂ ਜ਼ਬਾਨ ਨੂੰ ਕੱਢਿਆ ਫਿਰ ਉਹਨੇ ਸੂਲੀ ਚਾੜਿਆ ਅਤੇ ਆਸ ਕੇ ਮੁਰਤਜ਼ਾ ਸੂਲੀ ਚੜ ਕੇ ਕੀ ਕਹਿੰਦੇ ਨੇ ਯਾਰੀ ਜ਼ਬਾਨ ਵੀ ਕੱਢੀ ਗਈ ਸੀ ਉਹਦੀ ਪੀੜ ਵੀ ਨਹੀਂ ਮਹਿਸੂਸ ਕਰ ਰਿਹਾ ਤੇ ਸੂਲੀ ਤੇ ਚੜ ਗਿਆ ਫਿਰ ਵੀ ਉਹ ਹੀ ਨਾ ਤੇ ਮੈਂ ਸਮਝਾ ਮਾਰਾਂ ਨੇ ਉਹ ਮਰਨੋ ਜ਼ਰਾ ਨੇ ਡਰਦੇ ਜਿੰਨਾ ਮੈਨ ਮਿਲਾ ਲੈਣੇ ਉਹ ਸਦਕੇ ਜਾਣ ਸਦਕੇ ਜਾਣ ਦਿਲ ਵਰਦੇ ਜਿੰਨਾ ਨੈਣ ਮਿਲਾ ਲੈਣੇ ਤੇ ਮੈਂ ਸਮਝਾ ਮਾਰ ਸੂੜੀ ਚੜ ਕੇ ਕੀ ਕਰ ਲਿਆ ਕਰਦੇ।
ਬਰਾਬਰ ਗੋਸ਼ਤ ਪਾਵਰ ਵਾਲਾ ਤੇ ਜਿਹਦਾ ਜਸ਼ਨ ਹੈ ਉਹ ਵੀ ਸੁਪਰ ਪਾਵਰ ਹੈ। ਅੱਲਾਹ ਨੂੰ ਰਾਜ਼ੀ ਕਰਨਾ ਹੋਵੇ ਤਾਂ ਮਦੀਨੇ ਵਾਲਾ ਦਾ ਨਾਲ ਲਾ ਲੈ, ਮਦੀਨੇ ਵਾਲੇ ਨੂੰ ਰਾਜ਼ੀ ਕਰਨਾ ਹੋਵੇ ਤਾਂ ਅੱਲਾਹ ਦਾ ਨਾਲ ਲਾਓ। ਸਿੱਪੇ ਨੂੰ ਇੰਝ ਕਰੀਏ ਮਦੀਨੇ ਵਾਲਿਆਂ ਨੂੰ ਰਾਜ਼ੀ ਕਰੀਏ। ਨਾਰਾਏ ਤਕਬੀਰ, ਇੰਨਾ ਕੁਝ ਅੱਲਾਹ ਦਾ ਖਾ ਕੇ ਸੁਭਾਨ ਅੱਲਾਹ, ਦੋ ਹੱਥ ਖੜੇ ਕਰਕੇ ਉਹ ਅੱਲਾਹ, ਉਹ ਅੱਲਾਹ ਜਿਹਨੂੰ ਮੁਹੰਮਦ ਮੁਸਤਫਾ ਵੀ ਸਜਦਾ ਕਰਦੇ ਹੋਏ, ਜਿਹਦੇ ਅੱਗੇ ਅੰਬੀਆਂ ਵਾਲਾ ਇਮਾਮ ਸਿਰ ਨੀਵਾਂ ਕਰ ਲੈ ਉਹਦਾ ਤੁਸੀਂ ਨਾਰਾ ਹੌਲੀ ਮਾਰੋ ਤੇ ਮੁਜਰਮ ਨਾਰਾ ਤਕਬੀਰ। ਹੁਣ ਸਾਰਿਆਂ ਦਾ ਦਿਲ ਕਰਦਾ ਅੱਲਾਹ ਰਾਜ਼ੀ ਹੋ ਜਾਏ, ਤੇ ਹੁਣ ਜਿਹਨੇ ਜਿਹਨੇ ਅੱਲਾਹ ਨੂੰ ਰਾਜ਼ੀ ਕਰਨਾ ਨਾ, ਹੁਣ ਮੈਂ ਨਬੀ ਕਰੀਮ ਦਾ ਨਾਰਾ ਮਾਰ ਲਗਾ ਸਾਡੇ ਕੋਲ ਖਲੋਤੇ ਰਹਿਣ ਦੀ ਪੀੜ ਹੁੰਦੀ ਹੈ ਸਾਨੂੰ। ਚਲੋ ਮੇਰੇ ਆਖੇ ਭਾਵੇਂ ਨਾ ਲਗੋ, ਜੇ ਮੁਹੰਮਦ ਮੁਸਤਫਾ ਦਾ ਫਰਮਾਨ ਹੋਵੇ ਫਿਰ ਤੇ ਮੰਨੋਗੇ। ਮੈਂ ਹੁਣ ਹਜ਼ੂਰ ਦੀ ਹਦੀਸ ਪੇਸ਼ ਕਰਨ ਲੱਗਾ, ਸ਼ਹਿਨਸ਼ਾਹ ਮਦੀਨਾ ਦਾ ਫਰਮਾਨ ਹੈ, ਹਾਲ ਜ਼ਿਕਰ ਅਲੀ ਉਲਿਬਾ ਦਾ ਆ ਫਰਮਾਨ ਹੈ, ਮੇਰੇ ਵੀਰ ਦਾ ਜ਼ਿਕਰ ਕਰੋ ਤੇ ਇਬਾਦਤ। ਤੇ ਹੁਣ ਤੁਹਾਨੂੰ ਸਰਕਾਰੇ ਮਦੀਨਾ ਦਾ ਫਰਮਾਨ ਵੀ ਸੁਣ ਲਿਆ ਤੁਸਾਂ, ਅੱਗੋ ਤੁਹਾਡੀਆਂ ਫੌਜਾਂ ਅਲੀ ਇਬਾਦਤ ਹੈ।
ਹਜ਼ਰਤ ਮੈਂ ਸਮਤ ਮਾਰਿਆ ਨੇ ਐਸੀ ਤੇਰੀ ਸ਼ਾਨ ਮੌਲਾ, ਐਸੀ ਤੇਰੀ ਸ਼ਾਨ, ਸੌ ਵਾਰੀ ਮੈਨੂੰ ਮਿਲੇ ਜ਼ਿੰਦਗੀ, ਸੌ ਵਾਰ ਕਰਾਂ ਕੁਰਬਾਨ। ਜੰਨਤ ਚ ਜਾਣ ਵਾਲੇ, ਜੰਨਤ ਦੇ ਸ਼ੌਕੀ, ਜੰਨਤ ਦੇ ਠਰਕੀ, ਜਰਾ ਹੱਥ ਖੜੇ ਕਰੋ। ਮੈਂ ਜੰਨਤ ਦੇ ਠਰਕੀ, ਜੰਨਤ ਦੇ ਠਰਕੀ, ਹੱਥ ਖੜੇ ਕਰੋ। ਸਾਰਿਆਂ ਨੂੰ ਨਹੀਂ ਚਾਹੀਦੀ, ਤੇ ਜਿਹਨਾਂ ਨੂੰ ਸਣੇ ਹੋਣਾ ਚਾਹੀਦੀ, ਜਰਾ ਦੋ ਖੜੇ ਕਰੋ। ਸਭ ਕੁਝ ਮਿਲੇਗਾ ਪਰ ਇੱਕ ਸ਼ਰਤ ਹੋਣੀ ਹੈ, ਨਵੀਂ ਬਾਗ ਦਾ ਸਦਕਾ ਸਭ ਕੁਝ ਮਿਲੇਗਾ ਤੇ ਪਰ ਇੱਕ ਸ਼ਰਤ ਹੋਣੀ ਹੈ। ਇੱਧਰ ਮੇਰੇ ਨੂੰ ਵੇਖੋ, ਯਾਦ ਆ ਰਹੇ ਹੋ? ਜੰਨਤ ਸਾਹਿਬਾਨ ਦਾ ਫਰਮਾਨ ਹੈ, ਅਲ ਹੁਬੂ ਅਲੀ ਉਲ ਇਬਾਦਾ। ਆ ਫਰਮਾਨ ਨੇ ਮੇਰੇ ਵੀਰ ਦਾ ਪਿਆਰ ਰੱਖੋ ਦਿਲ ਚ ਇਬਾਦਤ। ਸ਼ਹਿਨ ਸ਼ਾਹ ਅੰਬੀਆ ਦਾ ਫਰਮਾਨ ਹੈ, ਅਲ ਜ਼ਿਕਰ ਅਲੀ ਉਲ ਇਬਾਦਾ, ਕਿ ਮੇਰੇ ਵੀਰ ਦਾ ਜ਼ਿਕਰ ਇਬਾਦਤ। ਸੁਲਤਾਨ ਉਲ ਅੰਬੀਆ ਦਾ ਫਰਮਾਨ ਹੈ, ਅਲ ਨਜ਼ਰ ਵਲਾ ਵਜਹ ਅਲੀ ਉਲ ਇਬਾਦਾ। ਲਓ ਜੀ, ਫਿਕਰਾ ਬੜਾ ਕਾਬਲੇ ਗੌਰ ਹੈ, ਝਗੜੇ ਵਾਲਾ ਫਿਕਰਾ ਨੇ ਉਹਨਾਂ ਪਿਆਰ ਨਾਲ ਨਾ ਕਰੋ। ਲਓ ਜੀ, ਮੇਰਾ ਫਿਕਰੇ ਬਾਰੇ ਗੌਰ ਹੋਇਆ, ਇਬਾਦਤ ਪਿਆ ਕਰਵਾਉਣਾ ਵਾ ਤੇ ਮਾਰਨਾ ਕਿਸੇ ਨੂੰ ਇਬਾਦਤ ਨੇ ਇਹਨਾਂ ਨੂੰ ਪਿਆਰ ਨਾਲ। ਸੁਲਤਾਨ ਮਦੀਨਾ ਫਰਮਾਉਂਦੇ ਨੇ,
ਮੇਰੇ ਵੀਰ ਦਰਸ਼ੀ ਇਹਨਾਂ ਦੇ ਬੜਾ ਇਬਾਦਤ ਹੈ ਅਤੇ ਹੁਣ ਮਕਸਦ ਤੇ ਇਬਾਦਤ ਹੈ ਨਾ, ਮਕਸਦ ਹੈ ਇਬਾਦਤ ਹੋਵੇ ਅਤੇ ਉਹ ਦੱਸੀਏ ਚਿਹਰੇ ਨੂੰ ਰੰਗ ਕੇ ਨਾਜ਼ਲ ਮਸਜਿਦ ਮੇ ਜਾਨ ਦੇ ਕਰ ਬਦਲਾ ਦਿਆ ਅਲੀ ਦੇ ਨਾਲ ਵੀ ਅਲੀ ਦੇ ਨਾਲ ਵੀ ਅਲੀ ਦੇ ਰੁਕਨ ਵੀ ਅਲੀ ਦਾ ਰੁਕਨ ਵੀ ਅਲੀ ਦਾ ਸਿਲਸਿਲੇ ਦੇ ਬਜ਼ੁਰਗ ਮਸਤੂਮਰ ਦੀਵਾਨ ਉਹਨਾਂ ਦੇ ਪੋਤੇ ਨੇ ਮੌਲਾ ਦਾ ਮੈਂ ਪੁੱਤ ਲਿਖਿਆ ਉਹ ਮੈਂ ਲਿਖਦੇ ਨੇ ਯਾ ਮਸਤੂਮਰ ਦੀਵਾਨ ਤੇਰਾ ਦਾਸ ਹੈ ਸ਼ਾਦਾਦ ਕਿਉਂ